ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਦਿੱਤੇ ਗਏ ਬਿਆਨਾਂ ਲਈ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਕਿਹਾ ਹੈ ਸੰਸਦ ਦੇ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਸਦਨ ਦੇ ਨਿਯਮਾਂ ਦੀ ਜਾਣਕਾਰੀ ਲੈਣੀ ਚਾਹੀਦੀ ਹੈ ਉਹਨਾਂ ਰਾਹੁਲ ਗਾਂਧੀ ਵੱਲੋਂ ਵਿਦੇਸ਼ ਵਿੱਚ ਦਿੱਤੇ ਗਏ ਬਿਆਨ ਨੂੰ ਨਿਰਾ ਝੂਠ ਦੱਸਿਆ ਅੱਜ ਮੈਂ ਇਤਨੇ ਕਹਿ ਸਕਦਾ ਹਾਂ ਰਾਹੁਲ ਸਟੈਂਡ ਫਾਰ ਰਿਗਰੈਟਫੁਲ ਆਫਲ ਹੇਟਫੁਲ ਅਨਗ੍ਰੇਟਫੁਲ ਲਾਇਰ ਇਹ ਕਿਆ ਹੈ ਕਿ आप झूठ बोले बाहर और यहां पर आकर अपने आप को दिखाएं कि वो सदन से बड़े संसद से बड़े हैं देश से बड़े हैं एक परिवार क्या सबसे बड़ा है उनको अनकंडीशनल अपॉलॉजी मांगनी चाहिए माफी मांगने की बजाय वो ये शर्त रख रहे हैं कि उनको यहां पर बोलने का मौका दे